ਕੋਵੇਂ ਬਸ ਕੀ ਹਾਲ ਹੈ? ਠੀਕ ਹੋ ਗਏ? ਬਸ ਅਸਾਂ ਆ ਜਾਂਦੇ ਹਾਂ ਦਰਿਆ ਸੀਨ ਤੇ ਮੱਛਲੀ ਦੇ ਸ਼ਿਕਾਰ ਤੇ। ਉਸਤਾਦ ਟਿਕਾ ਕੇ ਬੱਧੋ, ਇਹ ਨਾ ਹੋਵੇ ਜਾਣਾ ਵਿੱਚ ਵੰਜ ਪਵੇ। ਇਹ ਸਿਆ ਤਾਰਿਕ ਤੇ ਜਾਫਰ ਬੰਦੇ ਪਨ ਤੋਲਾ, ਜਾਫਰ ਕੋ ਦੇਖ ਕੇ ਡਰਨਾ ਨਹੀਂ। ਇਹ ਹੀ ਹੋ ਜੀਆਂ ਇਹ ਬੰਦੇ ਪਨ ਤੋਲਾ, ਜਿਹੜਾ ਪਾਣੀ ਸੱਟੇ ਸਨ ਇਹ ਡਿਠੇ ਨਾ ਪਾਣੀ, ਇਹ ਤਾਰ ਪਾਣੀ ਦੇ ਵਿੱਚ ਵਾੜ ਕੇ ਵਾਲਾ ਜਾਲੇ ਮਰੇ ਸਨ। ਹੁਣੇ ਤਾਂ ਕੋਈ ਦਿਖੇ ਨਹੀਂ ਆਈ। ਇਹ ਦੇਖੋ ਇਹ ਤਿਆਰ ਕਰ ਗਏ ਨੇ ਛੂਅਰ, ਭਿੜਦੇ ਪੈਣ ਕਾਰੀਗਰ ਹੀ ਨੇ। ਇਹ ਛੂਅਰ ਦੇ ਤੋਲੇ ਕੋ ਧਿੱਕਾ ਦੇਂਦੇ ਪੈਣ ਤੇ ਇਹ ਪਾਣੀ ਸੱਟਦੇ ਪੈਣ। ਇਹਦੇ ਉੱਤੇ ਤਰਸਨ ਜਾਲੇ ਮਰੇ ਸਨ। ਅਸਾਂ ਤਾਂ ਕੋਈ ਦਿਖੇ ਨਹੀਂ ਮੱਛਲੀ ਕਿਵੇਂ ਨਾ ਪੀਂਦੀ ਏ। ਇਹ ਦਰਿਆ ਸਿੰਧ ਜ਼ਿਲ੍ਹਾ ਲਈਆ ਸਵਾਦ ਵੀਆਈਪੀ ਮਾਹੌਲ ਨਾਲ ਤੋਂ ਮੱਛੀ, ਮਾਸ਼ਾਅੱਲਾ ਇੱਥੇ ਢੇਰ ਸਾਰੀ ਮੱਛੀ ਖੜੀ ਹੈ। ਅੱਗੇ ਵੀ ਨੱਪ ਗਏ ਹੈ ਤੇ ਹੁਣ ਤੋਂ ਦਿਖੇ ਨੇ ਚੂਰ ਜਾਲਾ ਖਿੰਡਾ। ਪਰ ਤੁਸੀਂ ਸਾਰੇ ਨਾਲ ਰਸੋ, ਸਾਰੇ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰੇ ਸੋ ਔਰ ਬੈਲ ਆਈਕਨ ਕੋ ਜ਼ਰੂਰ ਦਬੇ ਸੋ ਤਾਂ ਕਿ ਹਰ ਆਉਣ ਵਾਲੀ ਅੱਛੀ ਵੀਡੀਓ ਤੁਹਾਡੇ ਤੱਕ ਜ਼ਰੂਰ ਆਵੇ। ਅਸਾਂ ਤੁਹਾਨੂੰ ਅੱਛੀਆਂ ਤੋਂ ਅੱਛੀਆਂ ਵੀਡੀਓ ਲਿਖਿਆ ਰਸੋ। ਇਹ ਦੇਖੋ ਜਿਹੜੀ ਜਗ੍ਹਾ ਤੇ ਚੂਰ ਤੋਲੇ ਤੇ ਚੜਾ ਖੜਾਈ ਤਾਂ ਕਮ ਅਜ਼ ਕਮ 10 ਫੁੱਟ ਪਾਣੀ ਝਿੱਕਾ ਹੈ। ਲੇਕਿਨ ਕਿਵੇਂ ਦੇਖੋ ਤਰਾ ਖੜੇ ਵੀਆਈਪੀ ਮਾਹੌਲ ਨਾਲ। ਹਰ ਚੀਜ਼ ਕੀ ਤੇ ਅਕਲ ਦੀ ਜ਼ਰੂਰਤ ਹੁੰਦੀ ਹੈ, ਲਾਜ਼ਮੀ। ਸਾਇੰਸਦਾਨ ਵੀ ਸਿਆਣੇ ਕੋਨੀ, ਜ਼ਰੂਰੀ ਨਹੀਂ ਬੰਦਾ ਪੜ੍ਹਾ ਲਿਖਾ ਹੋਇਆ ਹੋਵੇ, ਅਕਲ ਇਸਤੇਮਾਲ ਅਨਪੜ੍ਹ ਵੀ ਕਰ ਸਕਦਾ ਹੈ। ਇੱਧਰ ਦੇਖੋ ਤਾਰ ਪਾਣੀ ਦੇ ਵਿੱਚ ਖੜੇ, ਅਸਾਂ ਜੀ ਅਨਾੜੀ ਹੋ ਗਿਆ ਤਾਂ ਬੂਦ ਬੰਜਿਆ ਤੇ ਇਹ ਦੇਖੋ ਜਾਲਾ ਮਰਨਾ ਪਿਆ। ਅਸਾਂ ਤਾਂ ਉਹ ਦੇਖਿਆ ਨੇ ਕਿਵੇਂ ਮਰਿਆ ਜਾਲਾ। ਚਲੋ ਮੈਂ ਮਾਈ ਡਿੱਠੀ ਵਧੀ ਆਈ ਮਾਰੇ ਮੇਰੇ ਕੋ ਬੂਟ ਹੈ ਕਿਸੇ ਕਾ ਨਹੀਂ। ਇਹ ਵੀ ਵਾਰ ਸਾਕੂ ਸੁਬਾ ਦੇ 2 ਘੰਟੇ ਥੀ ਗਏ ਖੇਡਦੇ ਹੋਏ ਤੇ ਸਾਕੂ ਇਹ 5 ਮੱਛੀਆਂ ਲੱਗੀਆਂ, 2 ਵੱਡੀਆਂ ਸੋਹਣੀਆਂ ਮੱਛੀਆਂ ਤੇ 3 ਛੋਟੀਆਂ ਹਨ। ਸ਼ਿਕਾਰੀ ਸਾਡਾ ਲੋਕ ਸਾਹਮਣੇ ਜਾਲਾ ਚਾ ਕੇ ਖੜੇ ਥਿਆ ਤੇ ਮਰੇਦਾ ਖੜੇ ਜਾਲਾ, ਅੱਲਾ ਖੈਰ ਕਰੇ। ਅਸਲ ਤੇ ਮਸਲਾ ਇਹ ਬਣਿਆ ਕਿ ਸਾਡੇ ਹੀ ਇੱਕ ਸ਼ਿਕਾਰ ਦਾ ਜਾਲਾ ਵਿੱਚ ਫਸ ਗਿਆ, ਕੋਈ ਲੱਕੜੀਆਂ ਵਗੈਰਾ ਪੀਆਂ ਤਾਂ ਵਾਸਤੇ ਮੱਛਲੀ ਸਾ ਕੋ ਥੋੜ੍ਹਾ ਲੱਗੀ ਹੈ ਕਿਉਂਕਿ ਹੀਕ ਸ਼ਿਕਾਰੀ ਨਾਲ ਪਾਣੀ ਜ਼ਿਆਦਾ ਆਈ ਵਾ ਤੇ ਸ਼ਿਕਾਰ ਸਹੀ ਨਹੀਂ ਲੱਗਾ। ਚਲੋ ਗੁਜ਼ਾਰਾ ਵਾਲੀ ਠੀਕ ਹੈ।